ਸਤਿ ਸ਼੍ਰੀ ਅਕਾਲ ਜੀ, ਮੈਂ ਹਮਨਰਾਜ ਅਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਨੀਆ ਸ਼ਰਮਾ ਜੋ ਕਿ ਆਪਣੇ ਫੇਮਸ ਟੀਵੀ ਸੀਰੀਅਲਸ ਦੇ ਨਾਲ, ਜਿੱਦਾਂ ਕਿ ਜਮਾਈ ਰਾਜਾ ਅਤੇ ਇਸ਼ਕ ਮੇਂ ਮਰ ਜਾਵਾਂ ਨਾਲ, ਇੰਡੀਅਨ ਆਡੀਅੰਸ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਹੋ ਚੁੱਕੀ ਹੈ ਆਪਣੇ ਐਕਟਿੰਗ ਦੇ ਕਾਰਨ, ਹਾਲ ਹੀ ਦੇ ਵਿੱਚ ਗੁਰੂ ਰੰਧਾਵਾ ਦੇ ਨਾਲ ਦੀਵਾਲੀ ਮਨਾਉਂਦਿਆਂ ਨਜ਼ਰ ਆਈ। ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਐਸੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਨੀਆ ਸ਼ਰਮਾ ਉਸਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜਿਸ ਦੌਰਾਨ ਨੀਆ ਸ਼ਰਮਾ ਇੱਕ ਐਸੇ ਹਾਦਸੇ ਤੋਂ ਬਚ ਗਈ ਜਿਸ ਨਾਲ ਉਹਨੂੰ ਕਾਫੀ ਇੰਜਰੀ ਹੋ ਸਕਦੀ ਸੀ। ਨੀਆ ਸ਼ਰਮਾ ਜੋ ਕਿ ਜਮਾਈ ਰਾਜਾ ਤੇ ਖਤਰੋਂ ਕੇ ਖਿਲਾੜੀ ਸੈਸ਼ਨ 8 ਚ ਇੰਡੀਅਨ ਆਡੀਅੰਸ ਚ ਕਾਫੀ ਫੇਮਸ ਹੋਈ ਤੇ ਹੁਣ ਏਕਤਾ ਕਪੂਰ ਦੇ ਨਾਗਿਨ 4 ਐਜ਼ ਏ ਲੀਡ ਨਜ਼ਰ ਆਉਣ ਵਾਲੀ ਹੈ। ਗੁਰੂ ਰੰਧਾਵਾ ਦੇ ਨਾਲ ਦੀਵਾਲੀ ਪਾਰਟੀ ਤੇ ਡਾਂਸ ਕਰਦੀ ਨਜ਼ਰ ਆਈ, ਜਿਸ ਦੌਰਾਨ ਉਸਦੇ ਲਹਿੰਗੇ ਨੂੰ ਕੋਲ ਪਏ ਇੱਕ ਦੀਵੇ ਤੋਂ ਅੱਗ ਲੱਗ ਗਈ, ਜਿਸ ਤੋਂ ਜਲਦ ਹੀ ਕਿਸੇ ਤਰ੍ਹਾਂ ਨੀਆ ਸ਼ਰਮਾ ਬਚ ਨਿਕਲੀ ਤੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਨਾਲ ਇੱਕ ਫੋਟੋ ਸ਼ੇਅਰ ਕੀਤੀ ਜਿਸ ਵਿੱਚ ਉਸਦੇ ਜਲੇ ਹੋਏ ਲਹਿੰਗੇ ਨੂੰ ਦੇਖਿਆ ਜਾ ਸਕਦਾ ਤੇ ਲਿਖਿਆ ਦਾ ਪਾਵਰ ਆਫ ਦੀਆ, ਇੱਕ ਸੈਕਿੰਡ ਚ ਲਹਿੰਗੇ ਨੂੰ ਅੱਗ ਲੱਗ ਗਈ, ਮੈਂ ਆਪਣੇ ਲਹਿੰਗੇ ਦੀ ਲੇਅਰਸ ਕਾਰਨ ਅੱਗ ਤੋਂ ਬਚ ਗਈ, ਜਾਂ ਕਹਿ ਲੋ ਉਸ ਸ਼ਕਤੀ ਨੇ ਬਚਾ ਲਿਆ ਜੋ ਹਰ ਵੇਲੇ ਸਾਨੂੰ ਪ੍ਰੋਟੈਕਟ ਤੇ ਗਾਰਡ ਕਰਦੀ ਹੈ। ਨੀਆ ਸ਼ਰਮਾ ਹੁਣ ਪੂਰੀ ਤਰ੍ਹਾਂ ਠੀਕ ਹੈ ਤੇ ਤੰਦਰੁਸਤ ਹੈ, ਉਸਨੂੰ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੀ ਇੰਜਰੀ ਨਹੀਂ ਹੋਈ। ਬਾਲੀਵੁੱਡ ਤੇ ਪਾਲੀਵੁੱਡ ਦੇ ਲੇਟੈਸਟ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।